ਕੱਲ ਰਾਤ ਨੂੰ ਪੰਜਾਬ ਦੇ ਡੀਜੀਪੀ ਬਦਲ ਦਿੱਤੇ ਗਏ ਨੇ ਸੋਤਾ ਸਾਹਿਬ ਦੀ ਜਗ੍ਹਾ ਹੁਣ ਚਾਰ ਜੜਾ ਹੈ ਉਹ ਚਟੋਪਾਧਿਆਇ ਸਾਹਿਬ ਨੂੰ ਮਿਲਿਆ ਹੈ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਮੁੱਖ ਮੰਤਰੀ ਦੀ ਪੰਜਾਬ 'ਚ ਕੋਈ ਅਥਾਰਟੀ ਨਹੀਂ ਹੈ ਅਸੀਂ ਇਸ ਤੋਂ ਪਹਿਲਾਂ ਵੀ ਦੇਖਿਆ ਕਿ ਐਡਵੋਕੇਟ ਜਨਰਲ ਜਿਹਨਾਂ ਨੇ ਆਪਣੀ ਮਰਜ਼ੀ ਨਾਲ ਲਗਾਇਆ ਸੀ ਉਹ ਹਟਾਏ ਗਏ ਤੇ ਹੁਣ ਉਹਨਾਂ ਦੀ ਮਰਜ਼ੀ ਨਾਲ ਜਿਹੜਾ ਡੀਜੀਪੀ ਲੱਗੇ ਸੀ ਉਹ ਵੀ ਹਟਾ ਦਿੱਤੇ ਗਏ ਆ ਬੈਕਡੋਰ ਤੋਂ ਨਵਜੋਤ ਸਿੰਘ ਸਿੱਧੂ ਸਰਕਾਰ ਚਲਾ ਰਹੇ ਨੇ ਕਿਉਂਕਿ ਗਾਂਧੀ ਪਰਿਵਾਰ ਦਾ ਆਸ਼ੀਰਵਾਦ ਉਹਨਾਂ ਦੇ ਨਾਲ ਹੈ ਔਰ ਚੰਨੀ ਸਿਰਫ ਉਹਨੇ ਇੱਕ ਰਬੜ ਸਟੰਪ ਬਣ ਕੇ ਰਹਿ ਗਏ ਨੇ ਔਰ ਜਿਸ ਤਰ੍ਹਾਂ ਆਸੀਂ ਦੇਖਿਆ ਕਿ ਚੋਣ ਕਮੇਟੀ ਦੀ ਕਮਾਨ ਵੀ ਨਵਜੋਤ ਸਿੰਘ ਸੁੱਧ ਹੱਥ ਦਿੱਤੀ ਗਈ ਹੈ ਇਹ ਗੱਲ ਸਪਸ਼ਟ ਪ੍ਰਗਟਾਉਂਦੀ ਹੈ ਕਿ ਕਾਂਗਰਸ ਦੀ ਮੰਸ਼ਾ ਕੀ ਹੈ ਚੰਨੀ ਸਾਹਿਬ ਸਿਰਫ ਉਹ ਇੱਕ ਦਿਖਾਵੇ ਦੇ ਮੁੱਖ ਮੰਤਰੀ ਨੇ ਸਿਰਫ ਦਲਿਤ ਪਾਈਚਾਰੇ ਦੀਆਂ ਵੋਟਾਂ ਲੈਣ ਲਈ ਮੈਜਿਕ ਦਿਖਾਵਾ ਨੇ ਸਿਰਫ ਮੁੱਖ ਮੰਤਰੀ ਦਾ અપਮਾਨ ਹੈ ਬਲਕਿ ਇਹ ਦੇਸ਼ ਦੀ ਸੰਵਿਧਾਨਿਕ ਜਿਹੜੀ ਇੱਕ ਪਰੰਪਰਾ ਹੈ ਉਹਦਾ ਵੀ અપਮਾਨ ਕਾਂਗਰਸ ਨੇ ਕੀਤਾ ਹੈ ਕਾਂਗਰਸ ਦਾ ਕਦੀ ਵੀ ਵਿਸ਼ਵਾਸ ਸੰਵਿਧਾਨਿਕ ਪਰੰਪਰਾਵਾਂ ਤੇ ਰਿਹਾ ਨਹੀਂ ਹੈ ਅਸੀਂ ਜਾਣਦੇ ਆ ਕਿ ਕਿਵੇਂ ਰਾਹੁਲ ਗਾਂਧੀ ਜੀ ਮਨਮੋਹਨ ਸਿੰਘ ਜੀ ਦੀ ਸਰਕਾਰ ਦੇ ਸਮੇਂ ਆਰਡੀਨੈਂਸ ਫਾੜ ਦਿੰਦੇ ਸੀ ਕਿਵੇਂ ਸੋਨੀਆ ਗਾਂਧੀ ਜੀ ਐਕਸਟਰਾ ਕਨਸਟੀਟਿਊਸ਼ਨਲ ਪਾਵਰ ਇੰਜੋਏ ਕਰਦੀਆਂ ਸੀਗੀਆਂ ਸੋ ਪੰਜਾਬ 'ਚ ਵੀ ਉਸੇ ਤਰ੍ਹਾਂ ਦਾ ਵਰਤਾਰਾ ਹੋ ਰਿਹਾ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਇਸ ਤੇ ਬੜੀ ਚਿੰਤਾ ਵੀ ਪ੍ਰਗਟ ਕਰਦੀ ਹੈ ਕਿ ਇਸ ਪ੍ਰਕਾਰ ਦਾ ਵਿਵਹਾਰ ਮੁੱਖ ਮੰਤਰੀ ਨਾਲ ਉਹ ਠੀਕ ਨਹੀਂ ਹੈ